ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਵੱਲੋਂ ਆਪਣੇ ਭਰਾ ਅਤੇ ਪੁੱਤਰ ਦੇ ਨਾਲ ਮਿਲ ਕੇ ਸਕੂਲ ਦੇ ਹੈੱਡ ਮਾਸਟਰ ਨੂੰ ਕੁੱਟਿਆ ਗਿਆ। ਮੌਕੇ ਦੀ ਸੀਸੀਟੀਵੀ ਸਾਹਮਣੇ ਆਈ, ਜਿਸ ਦੇ ਵਿੱਚ ਸਕੂਲ ਦੇ ਹੈੱਡ ਮਾਸਟਰ ਤੇ ਹਮਲਾ ਕਰਦੇ ਹੋਏ ਸਾਫ ਦੇਖੇ ਜਾ ਸਕਦੇ ਨੇ। ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਦੀ ਇਹ ਵੀਡੀਓ ਹੈ। ਸਕੂਲ ਦੀ ਛੁੱਟੀ ਵੇਲੇ ਇਹ ਘਟਨਾ ਵਾਪਰੀ ਤਾਂ ਸਕੂਲ ਦੇ ਹੈੱਡ ਮਾਸਟਰ ਨੂੰ ਜ਼ਖਮੀ ਕੀਤਾ ਗਿਆ, ਇੱਕ ਸਾਈਡ ਤੇ ਲਿਜਾ ਕੇ ਉਸ ਤੇ ਲੱਤਾਂ ਮੁੱਕੀਆਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਰੌਲਾ ਪੈ ਗਿਆ। ਆਂਢ ਗੁਆਂਢ ਨੇੜੇ ਦੇ ਲੋਕ ਇਕੱਤਰ ਹੋਏ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਇਸ ਹੈੱਡ ਮਾਸਟਰ ਦਾ ਬਚਾਅ ਕੀਤਾ। ਜਾਣਕਾਰੀ ਦਿੰਦੇ ਹੋਏ ਹੈੱਡ ਮਾਸਟਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਦੇ ਲਈ ਇਸ ਅਧਿਆਪਕਾਂ ਨੂੰ ਕਿਹਾ ਸੀ। ਬਾਕੀ 12 ਜਣਿਆਂ ਦਾ ਸਟਾਫ ਹੈ, ਸਾਰੇ ਹਦਾਇਤਾਂ ਦੀ ਪਾਲਣਾ ਕਰਦੇ ਨੇ, ਪਰ ਇਹ ਅਧਿਆਪਕਾ ਜਿਸ ਦਾ ਨਾਮ ਕਿਰਨਜੀਤ ਕੌਰ ਹੈ, ਇਹ ਵਿਰੋਧ ਕਰਦੀ ਸੀ, ਖਾਰ ਖਾਂਦੀ ਸੀ। ਸਕੂਲ ਦੀ ਛੁੱਟੀ ਤੋਂ ਬਾਅਦ ਇਸਨੇ ਆਪਣਾ ਭਰਾ ਤੇ ਪੁੱਤਰ ਬੁਲਾਇਆ ਔਰ ਇੱਕਦਮ ਸਕੂਲ ਦੇ ਹੈੱਡ ਮਾਸਟਰ ਚਮਨ ਲਾਲ ਤੇ ਹਮਲਾ ਕੀਤਾ। ਮੌਕੇ ਦੀ ਸੀਸੀਟੀਵੀ ਸਾਹਮਣੇ ਆਈ। ਹੈੱਡ ਮਾਸਟਰ ਨੇ ਦੱਸਿਆ ਕਿ ਉਹ ਉਸ ਥਾਂ ਤੇ ਲੈ ਗਏ ਸਕੂਲ ਦੇ ਜਿੱਥੇ ਸੀਸੀਟੀਵੀ ਕੈਮਰਾ ਨਹੀਂ ਸੀ, ਉੱਥੇ ਫਿਰ ਲੱਤਾਂ ਮੁੱਕੀਆਂ ਘਸੁੰਨ ਦੇ ਨਾਲ ਹਮਲਾ ਕੀਤਾ। ਮੌਕੇ ਤੇ ਪੁੱਜੇ ਲੋਕਾਂ ਨੇ ਹੈੱਡ ਮਾਸਟਰ ਦਾ ਬਚਾਅ ਕੀਤਾ। ਸਕੂਲ ਦੀ ਛੁੱਟੀ ਵੇਲੇ ਦੀ ਇਹ ਘਟਨਾ ਹੈ। ਉਹਨਾਂ ਨੇ ਕਿਹਾ ਕਿ ਇਸ ਮੈਡਮ ਦਾ ਭਰਾ ਆਇਆ, ਜਿਸ ਨੇ ਨਾਮ ਪੁੱਛਿਆ ਤੇ ਫਿਰ ਇੱਕਦਮ ਹਮਲਾ ਬੋਲ ਦਿੱਤਾ। ਸਕੂਲ ਦੀ ਅਧਿਆਪਕਾ, ਉਸਦਾ ਭਰਾ ਤੇ ਉਸਦਾ ਪੁੱਤਰ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ। ਮੇਰਾ ਨਾਮ ਚਮਨ ਲਾਲ ਹੈ ਜੀ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੁਕਤਸਰ ਸਾਹਿਬ ਵਿਖੇ ਮੈਂ ਬਤੌਰ ਹੈੱਡ ਟੀਚਰ ਸੇਵਾ ਨਿਭਾ ਰਿਹਾ ਜੀ। ਕੱਲ੍ਹ ਜੀ ਸਕੂਲ ਛੁੱਟੀ ਵੇਲੇ ਜਦੋਂ ਮੈਂ ਜਾਣ ਲੱਗਿਆ ਸੀ ਤਾਂ ਇੱਕ ਆਦਮੀ ਆ ਕੇ ਮੈਨੂੰ ਕਹਿੰਦਾ ਸੀ, ਚਮਨ ਲਾਲ ਨੂੰ, ਹਾਂਜੀ, ਕਹਿੰਦੇ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਸਬੈਕੀ, ਮੈਂ ਕਿਹਾ ਚਲੋ ਕੋਈ ਗੱਲ ਕਰਨੀ ਹੋਣੀ। ਬਸ ਉਹ ਸਕੂਲ ਦੇ ਵਿੱਚ ਮੈਨੂੰ ਗਾਲਾਂ ਕੱਢਣ ਲੱਗ ਗਿਆ ਜੀ। ਬਸ ਮੈਨੂੰ ਕੁਛ ਸਮਝ ਨਹੀਂ ਲੱਗੀ ਗੱਲ, ਉਹਨੇ ਮੈਨੂੰ ਕੁੱਟਮਾਰ ਸ਼ੁਰੂ ਕੀਤੀ। ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮਗਰੋਂ ਮੇਰੇ ਸਕੂਲ ਦੀ ਅਧਿਆਪਕਾ ਕਿਰਨਜੀਤ ਕੌਰ ਅਤੇ ਉਹਨਾਂ ਦਾ ਬੇਟਾ ਵੀ ਆ ਗਏ। ਉਹਨਾਂ ਤਿੰਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਜੀ। ਮੈਡਮ ਕਹਿ ਰਹੇ ਸੀ ਕੁੱਟੋ ਮਾਰੋ ਇਹਨੂੰ, ਕਹਿੰਦੇ ਉੱਧਰਲੀ ਚੱਲੋ, ਉੱਧਰ ਕੈਮਰਾ ਨਹੀਂ ਹੈਗਾ। ਮੈਨੂੰ ਉੱਧਰ ਬਰਾਂਡੇ ਵਾਲੇ ਪਾਸੇ ਲੈ ਗਏ ਜੀ। ਮੈਨੂੰ ਫਿਰ ਲੱਤਾਂ ਨਾਲ ਸੰਨਾਂ ਨਾਲ ਟੁੱਡੇ ਮਾਰ ਮਾਰ ਕੇ ਨੀਚੇ ਕੁੱਟਿਆ। ਮੈਡਮ ਨੇ ਵੀ ਮੇਰੇ ਮਾਰੀਆਂ ਜੀ। ਸਰ ਬਤੌਰ ਹੈੱਡ ਟੀਚਰ ਸਰ, ਜੋ ਸਰਕਾਰ ਦੀਆਂ ਹਦਾਇਤਾਂ ਜੋ ਇੰਸਟਰਕਸ਼ਨ ਨੇ ਉਹ ਹੈੱਡ ਆਫ ਦਾ ਇੰਸਟੀਟਿਊਸ਼ਨ ਨੂੰ ਫੋਲੋ ਕਰਨੀਆਂ ਪੈਂਦੀਆਂ। ਸਟਾਫ ਨੂੰ ਐਜ ਏ ਪ੍ਰਬੰਧਕ ਤੌਰ 'ਤੇ ਕਹਿਣਾ ਪੈਂਦਾ ਕੰਮ ਔਰ ਜੋ ਪੜ੍ਹਾਈ ਬਾਰੇ, ਬੱਚਿਆਂ ਬਾਰੇ, ਕਲਾਸ ਬਾਰੇ। ਬਸ ਆਹੀ ਗੱਲ ਹੈ ਜੀ। ਇਸ ਗੱਲ ਤੋਂ ਮੈਡਮ ਮੇਰੇ ਤੋਂ ਕੋਈ ਰੰਜਿਸ਼ ਰੱਖਦੇ ਸੀ। ਉਸ ਤੋਂ ਬਾਅਦ ਜੀ ਮਤਲਬ ਮੈਡਮ ਕਹਿੰਦੇ ਮਾਰੋ ਇਹਨੂੰ, ਇੱਟ ਮਾਰੋ। ਉਸ ਜੋ ਬਾਅਦ 'ਚ ਪਤਾ ਲੱਗਿਆ ਵੀ ਉਹਦਾ ਨਾਂ ਨਿਰਮਲ ਸਿੰਘ, ਜਿਹੜਾ ਉਹਦਾ ਬ੍ਰਦਰ ਸੀ, ਉਹਦੇ ਬੇਟੇ ਦਾ ਨਾਂ ਉਦੇ ਸਿੰਘ। ਉਹ ਨਿਰਮਲ ਸਿੰਘ ਨੇ ਇੱਟ ਚੱਕ ਕੇ ਮੇਰੇ ਮਾਰਨ ਲੱਗਿਆ ਜੀ। ਪਰ ਮੌਕੇ 'ਤੇ ਮੁਹੱਲੇ ਵਾਲੇ ਆ ਗਏ, ਉਹਨਾਂ ਨੇ ਇੱਟ ਫੜ ਕੇ ਮੇਰੀ ਜਾਨ ਬਚਾਈ ਜੀ। ਰੋਕ ਟੋਕ ਕਰਦੇ ਸੀ ਤੁਸੀਂ? ਨਹੀਂ, ਰੋਕ ਟੋਕ ਨਹੀਂ ਸਰ,
ਸਰ ਜੋ 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 ਵਿਭਾਗ ਦੀਆਂ ਹਦਾਇਤਾਂ ਹੈਗੀਆਂ ਉਹਨਾਂ ਦਾ ਸਰ ਐਜ ਇੰਸਟੀਟਿਊਸ਼ਨ ਹੈੱਡ ਮੈਨੂੰ ਉਹਨਾਂ ਦਾ ਫੋਲੋ ਕਰਨੀਆਂ ਪੈਂਦੀਆਂ ਵੀ ਕਲਾਸਿਸ ਆਪਾਂ ਧੁੱਪੇ ਬਾਹਰ ਓਪਨ 'ਚ ਨਹੀਂ ਲਗਾਉਣੀਆਂ, ਆਪਾਂ ਅੰਦਰ ਲਗਾਉਣੀਆਂ, ਮੋਬਾਈਲ ਯੂਜ ਪਰਸਨਲੀ ਆਪਾਂ ਨਹੀਂ ਕਰਨਾ ਜੀ, ਬੱਚਿਆਂ ਨੂੰ ਪੜ੍ਹਾਉਣਾ ਔਰ ਜੋ ਕਲਾਸ ਦਾ ਕੰਮ ਕਰਨਾ ਜੀ ਆਪਾਂ ਕਲਾਸਾਂ ਤੋਂ ਬਾਹਰ ਨਹੀਂ ਆਉਣਾ ਹੈਗਾ। ਇਹ ਮੇਰੇ ਕੋਲ 12 ਟੀਚਰ ਦਾ ਸਟਾਫ ਹੈ ਸਰ, ਸਾਰਾ ਸਾਰੇ ਸਟਾਫ ਨੂੰ ਫੋਲੋ ਕਰਦੇ ਹੈਗੇ ਜੀ, ਕਿਸੇ ਇੱਕ ਵੀ ਸਟਾਫ ਮੈਂਬਰ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ। ਤੁਸੀਂ ਇੱਕ ਇੱਕ ਸਟਾਫ ਦਾ ਤੁਸੀਂ ਬਿਆਨ ਲੈ ਸਕਦੇ ਹੋ। ਪਹਿਲਾਂ ਵੀ ਕੋਈ ਗੱਲਬਾਤ ਹੋਈ ਸੀ ਤੁਹਾਡੇ ਨਾਲ, ਕੋਈ ਝਗੜਾ ਹੋਇਆ ਹੋਵੇ ਜਾਂ ਕੋਈ ਗੱਲ? ਨਹੀਂ, ਮੇਰੇ ਨਾਲ ਪਹਿਲਾਂ ਕੋਈ ਝਗੜਾ ਨਹੀਂ ਹੋਇਆ, ਬਸ ਮੈਡਮ ਇਸ ਗੱਲ ਤੋਂ ਅਕਸਰ ਇਸ ਗੱਲ ਤੋਂ ਖਫਾ ਵੈਸੇ ਉਹ ਰਹਿੰਦੇ ਸੀ ਵੀ ਸਰ ਕਹਿੰਦੇ ਕਿਉਂ ਹੈਗੇ ਸਾਨੂੰ। ਸਰ ਦੇ ਰਹਿਣ ਵਾਲੇ ਜੀ? ਹਾਂਜੀ ਮੈਡਮ, ਮੁਕਤਸਰ ਤੋਂ ਹੀ ਰਹਿਣ ਵਾਲੇ ਨੇ। ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਾਸਟਰ ਨੂੰ ਪਤਾ ਜਨ ਫੁੱਟੀ ਗਿਆ। ਹਾਂਜੀ ਹਾਂਜੀ, ਮੈਨੂੰ ਬਹੁਤ ਬੁਰੀ ਤਰ੍ਹਾਂ, ਔਰ ਜੇ ਮੁਹੱਲੇ ਵਾਲੇ ਨਾ ਆਉਂਦੇ ਤਾਂ ਸ਼ਾਇਦ ਮੈਨੂੰ ਉਹ ਮੈਨੂੰ ਮਾਰ ਵੀ ਦਿੰਦੇ ਜੀ। ਤੁਹਾਡਾ ਸਕੂਲ ਕਿਹੜੇ ਮੁਹੱਲੇ ਦੇ ਤੇ ਕਿਹੜੇ ਰੋਡ ਤੇ ਰਹਿੰਦੇ? ਮੇਰਾ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ, ਇਹ ਲੋਕੇਟਡ ਹੈਗਾ ਜੀ ਸਰ ਤਿਲਕ ਨਗਰ ਗਲੀ ਨੰਬਰ 2 ਦੇ ਵਿੱਚ ਜੀ। ਹਾਂਜੀ। ਕਿੰਨੇ ਜਣੇ ਸੀ ਜੋ ਤੁਹਾਨੂੰ ਕੁੱਟ ਰਹੇ ਸੀ? ਸਰ ਮੈਡਮ ਮੈਨੂੰ ਮੈਡਮ ਨੇ ਵੀ ਮੇਰੇ ਚਪੇੜਾਂ ਲੱਤਾਂ ਮਾਰੀਆਂ ਜੀ। ਉਹਨਾਂ ਦਾ ਭਰਾ ਜਿਹਦਾ ਨਾਮ ਨਿਰਮਲ ਸਿੰਘ ਦੱਸਿਆ ਗਿਆ ਤੇ ਉਹਨਾਂ ਦਾ ਬੇਟਾ ਜੀ, ਬਾਕੀ ਕੋਈ ਹੋਰ ਵੀ ਅਣਪਛਾਤਾ ਹੋਵੇ ਤਾਂ ਮੇਰੇ ਕੋਈ ਪਤਾ ਨਹੀਂ ਲੱਗਿਆ ਜੀ ਮੈਨੂੰ, ਕਿਉਂਕਿ ਮੈਨੂੰ ਕੁਛ ਪਤਾ ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਮੇਰੇ ਜੀ। ਬਸ ਮੈਨੂੰ ਸੁੱਟ ਲਿਆ ਸਾਰੇ ਪਿੰਡੇ ਸਾਰੇ ਸਰੀਰ 'ਤੇ ਉਹਨਾਂ ਨੇ ਲੱਤਾਂ ਮੁੱਖੇ ਕਸੰਨ ਜੀ ਮਾਰੇ ਜੀ।